ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਲੈਕਚਰ ਸੀਰੀਜ਼ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੈ ਮਾਡਰਨ ਹਿਸਟਰੀ ਦੇ ਵਿੱਚ ਆਪਾਂ ਲਾਰਡ ਕਰਜ਼ਨ ਸਾਹਿਬ ਦੇ ਬਾਰੇ ਗੱਲ ਕਰ ਰਹੇ ਸੀ। ਦੋ ਲੈਕਚਰ ਦੇ ਵਿੱਚ ਆਪਾਂ ਕੀ ਡਿਸਕਸ ਕੀਤਾ ਸੀ ਪਿਛਲੇ, ਇੱਕ ਤਾਂ ਦੇਖਿਆ ਸੀ ਵੀ ਕਰਜ਼ਨ ਸਾਹਿਬ ਦੇ ਵੇਲੇ ਕਿਹੜੇ ਕਿਹੜੇ ਰਿਫੋਰਮਸ ਕੀਤੇ ਗਏ ਆਪਣੇ ਭਾਰਤ ਦੀ ਐਡਮਿਨਿਸਟ੍ਰੇਸ਼ਨ ਨੂੰ ਸੁਧਾਰਨ ਦੇ ਲਈ, ਕਿਹੜੇ ਕਿਹੜੇ ਕਮਿਸ਼ਨ ਉਹਨਾਂ ਨੇ ਬਿਠਾਏ ਜਿਨ੍ਹਾਂ ਨੇ ਉਹਨਾਂ ਨੂੰ ਬਹੁਤ ਵੱਡਾ ਬਹੁਤ ਸਾਰਾ ਨਾਮ ਦਵਾਇਆ। ਬਟ ਕਰਜ਼ਨ ਸਾਹਿਬ ਦੀ ਇੱਕ ਹਰਕਤ ਨੇ ਉਹਨਾਂ ਦੀ ਸਾਰੀ ਕੀਤੀ ਕਰਾਈ ਖੇਚ ਪਾਤੀ, ਉਹ ਸੀਗੀ ਬੰਗਾਲ ਦੀ ਵੰਡ। ਸੋ ਬੰਗਾਲ ਦੀ ਵੰਡ ਹੋਈ, ਕਿਵੇਂ ਹੋਈ, ਕਰਜ਼ਨ ਨੇ ਕਿਵੇਂ ਦਿਮਾਗ ਲੜਾ ਕੇ ਬੰਗਾਲ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਤੇ ਫਿਰ ਕਿਵੇਂ ਉਹਦਾ ਵਿਰੋਧ ਹੋਇਆ, ਉਹ ਸਾਰਾ ਕੁਝ ਆਪਾਂ ਨੇ ਪਿਛਲੇ ਲੈਕਚਰ ਦੇ ਵਿੱਚ ਦੇਖਿਆ ਸੀ। ਸੋ ਆਪਾਂ ਹੁਣ ਤੱਕ 1905 ਤੱਕ ਦਾ ਸਮਾਂ ਜਿਹੜਾ ਮਾਡਰਨ ਇੰਡੀਆ ਦੇ ਵਿੱਚ ਆਉਂਦਾ ਸੀ ਉਹ ਆਪਾਂ ਡਿਸਕਸ ਕਰ ਚੁੱਕੇ ਹਾਂ। ਅੱਜ ਆਪਾਂ 1905 ਤੋਂ ਲੈ ਕੇ 1910 ਦੇ ਵਿੱਚ ਭਾਰਤ ਦੇ ਵਿੱਚ ਕੀ ਹੋਇਆ, ਇਹ 5-6 ਸਾਲਾਂ ਦੇ ਵਿੱਚ ਭਾਰਤ ਦੇ ਵਿੱਚ ਕਿਹੜੀਆਂ ਕਿਹੜੀਆਂ ਘਟਨਾਵਾਂ ਹੋਈਆਂ ਤੇ ਇਸ ਦੌਰ ਦੇ ਵਿੱਚ ਕਿਹੜਾ ਬੰਦਾ ਭਾਰਤ ਦਾ ਵਾਇਸਰਾਏ ਹੁੰਦਾ ਸੀ ਤੇ ਉਹਦੀ ਟਾਈਮਲਾਈਨ ਦੇ ਵਿੱਚ ਸਾਰਾ ਕੁਝ ਹੋਇਆ ਉਹ ਆਪਾਂ ਅੱਜ ਡਿਸਕਸ ਕਰਨ ਜਾ ਰਹੇ ਹਾਂ ਜੀ। ਉਸ ਬੰਦੇ ਦਾ ਨਾਮ ਸੀਗਾ ਲਾਰਡ ਮਿੰਟੋ। ਇਹ ਲਾਰਡ ਮਿੰਟੋ 2 ਸੀਗੇ, ਇੱਕ ਲਾਰਡ ਮਿੰਟੋ ਪਹਿਲਾਂ ਵੀ ਆਏ ਸੀ, ਆਪਾਂ ਉਹਨਾਂ ਬਾਰੇ ਡਿਸਕਸ ਕਰ ਚੁੱਕੇ ਹਾਂ। ਇਹ ਲਾਰਡ ਮਿੰਟੋ ਇਹਨਾਂ ਨੂੰ 2 ਕਹਿ ਸਕਦੇ ਹੋ ਤੁਸੀਂ। ਇਹ 1905 ਤੋਂ ਲੈ ਕੇ 1910 ਤੱਕ ਭਾਰਤ ਦੇ ਵਾਇਸਰਾਏ ਰਹੇ ਸੀਗੇ। 5-6 ਸਾਲਾਂ ਦੇ ਲਈ ਇਹ ਭਾਰਤ ਦੇ ਵਾਇਸਰਾਏ ਰਹੇ। ਲਾਰਡ ਕਰਜ਼ਨ ਤੋਂ ਬਾਅਦ ਇਹਨਾਂ ਨੇ ਚਾਰਜ ਸਾਂਭਿਆ ਜੀ ਵਾਇਸਰਾਏ ਦਾ। ਲੈਕਚਰ ਦੀ PDF ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾ ਕੇ ਲੈ ਸਕਦੇ ਹੋ, ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ। ਮੇਰੇ ਰਾਹੀਂ ਕੋਈ ਵੀ ਕੁਐਰੀ ਹੈ ਤਾਂ ਇਸ ਨੰਬਰ ਤੇ ਕੰਟੈਕਟ ਕਰਕੇ ਜਾਂ ਟੈਲੀਗ੍ਰਾਮ ਤੇ ਮੈਸੇਜ ਕਰਕੇ ਤੁਸੀਂ ਦੂਰ ਕਰ ਸਕਦੇ। ਸੋ ਪਹਿਲਾਂ ਕੁਝ ਕੁ ਗੱਲਾਂ ਲਾਰਡ ਮਿੰਟੋ ਸਾਹਿਬ ਬਾਰੇ ਪੜ੍ਹੀਏ। 1905 ਤੋਂ ਲੈ ਕੇ 1910 ਤੱਕ ਇਹ ਭਾਰਤ ਦੇ ਵਾਇਸਰਾਏ ਰਹੇ। ਬਹੁਤ ਵੱਡਾ ਚੌੜਾ ਨਾਮ, ਲੰਬਾ ਚੌੜਾ ਨਾਮ ਸੀ ਇਹਨਾਂ ਦਾ। ਇਹਨਾਂ ਦਾ ਨਾਮ ਸੀਗਾ ਗਿਲਬਰਟ, ਜੌਨ, ਐਲੀਅਟ, ਮੁਰਰੇ, ਕੈਨਨ, ਮਾਊਂਟ, ਠੀਕ ਹੈ, ਜਾਂ ਇਹਨੂੰ ਸਿੰਪਲ ਅਰਲ ਆਫ ਮਿੰਟੋ ਵੀ ਕਿਹਾ ਜਾਂਦਾ ਸੀਗਾ। ਪਹਿਲਾਂ ਇਹ ਬਹੁਤ ਤਕੜੇ ਅੰਗਰੇਜ਼ ਬ੍ਰਿਟਿਸ਼ਰ ਸੀਗੇ, ਬਹੁਤ ਤਕੜੇ ਇਹ ਪੋਲੀਟੀਸ਼ੀਅਨ ਵੀ ਸੀਗੇ ਤੇ ਅਰਿਸਟੋਕ੍ਰੈਟ ਸੀ। ਅਰਿਸਟੋਕ੍ਰੈਟ ਦਾ ਮਤਲਬ ਹੁੰਦਾ ਜੀ ਬਹੁਤ ਹੀ ਜ਼ਿਆਦਾ ਧਨੀ, ਠੀਕ ਹੈ, ਪਿੱਛੋਂ ਪਿਛੋਕੜ ਕਾਫੀ ਜ਼ਿਆਦਾ ਅਮੀਰ ਹੋਵੇ, ਠੀਕ ਹੈ, ਵਧੀਆ ਕਹਿੰਦੇ ਕਮਾਉਂਦੇ ਪਰਿਵਾਰ 'ਚ ਹੁੰਦੇ ਸੀਗੇ ਇਹ। ਤੇ ਇਸ ਤੋਂ ਪਹਿਲਾਂ ਇਹ ਕੈਨੇਡਾ ਯਾਨੀ ਕਿ ਕੈਨੇਡਾ ਦੇ ਗਵਰਨਰ ਜਨਰਲ ਹੁੰਦੇ ਸੀਗੇ, ਪਰ ਬਾਅਦ ਦੇ ਵਿੱਚ ਇਹਨਾਂ ਨੂੰ ਭਾਰਤ ਦੇ ਵਿੱਚ ਬੁਲਾਇਆ ਗਿਆ ਤੇ ਇਹ ਭਾਰਤ ਦੇ 17ਵੇਂ ਵਾਇਸਰਾਏ ਬਣੇ। ਸੋ ਇਹ ਸੀਗੀ ਛੋਟੀ ਜਿਹੀ ਬਰੀਫ ਦੇ ਵਿੱਚ ਲਾਰਡ ਮਿੰਟੋ ਸਾਹਿਬ ਦੀ ਜੀਵਨੀ ਤੇ ਆਪਾਂ ਹੁਣ ਗੱਲ ਕਰਦੇ ਹਾਂ ਵੀ ਇਹਨਾਂ ਦੇ ਟਾਈਮਲਾਈਨ ਦੇ ਵਿੱਚ ਕਿਹੜੀ ਕਿਹੜੀ ਘਟਨਾਵਾਂ ਹੋਈਆਂ। ਤੇ ਅੱਜ ਦਾ ਲੈਕਚਰ ਪੇਪਰ ਪੁਆਇੰਟ ਆਫ ਵਿਊ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇੱਥੋਂ ਬਥੇਰੇ ਕੁਐਸਚਨ ਪੁੱਛੇ ਗਏ ਨੇ UPSC ਤੇ PPSC ਦੁਆਰਾ। ਹੁਣ ਤੁਹਾਨੂੰ ਪਤਾ ਸਾਰਿਆਂ ਨੂੰ ਬੰਗਾਲ ਨੂੰ ਤੋੜਿਆ ਗਿਆ ਦੋ ਹਿੱਸਿਆਂ ਦੇ ਵਿੱਚ। ਉਸ ਵੰਡ ਦਾ ਬਹੁਤ ਸਾਰੇ ਲੋਕਾਂ ਨੇ ਵਿਰੋਧ ਕੀਤਾ ਸੀ ਤੇ ਉਸ ਵਿਰੋਧ ਨੂੰ ਕਿਸ ਤਰੀਕੇ ਦੇ ਨਾਲ ਜ਼ਾਹਿਰ ਕੀਤਾ ਸੀ ਉਹ ਆਪਾਂ ਹੁਣ ਪੜ੍ਹਨ ਜਾ ਰਹੇ ਹਾਂ। ਸੋ ਜਸਟ ਆਫਟਰ ਜਿਹੜੀ ਬੰਗਾਲ ਦੀ ਪਾਰਟੀਸ਼ਨ ਹੋਈ ਸੀਗੀ ਉਹ ਤੋਂ ਬਾਅਦ ਕੀ ਹੋਇਆ, ਕਾਂਗਰਸ ਦਾ ਸੈਸ਼ਨ ਲੱਗਿਆ ਜੀ, ਕਿੱਥੇ, ਬਨਾਰਸ UP ਵਿਖੇ। ਤੁਹਾਨੂੰ ਪਤਾ ਹੁਣ ਤੱਕ ਕਾਂਗਰਸ ਬਣ ਚੁੱਕੀ ਸੀ, ਹਰੇਕ ਸਾਲ ਕਾਂਗਰਸ ਦਾ ਭਾਰਤ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਜਿਹੜੀ ਮੀਟਿੰਗ ਹੁੰਦੀ ਸੀ ਉਹਨੂੰ ਕਾਂਗਰਸ ਦਾ ਸੈਸ਼ਨ ਕਹਿੰਦਾ ਸੀ। ਉਸ ਮੀਟਿੰਗ ਦੇ ਵਿੱਚ ਜਿਹੜੇ ਲਏ ਗਏ ਫੈਸਲੇ ਹੁੰਦੇ ਸੀ ਉੱਥੋਂ ਕੋਈ ਚੀਜ਼ ਨਿਚੋੜ ਦੇ ਰੂਪ ਦੇ ਵਿੱਚ ਨਿਕਲ ਕੇ ਆਉਂਦੀ ਸੀ ਉਹਨੂੰ ਇਹ ਰੈਜੋਲੂਸ਼ਨ ਕਹਿੰਦੇ ਸੀ ਵੀ ਅਸੀਂ ਫਲਾਣੀ ਚੀਜ਼ ਪਾਸ ਕੀਤੀ ਹੈ ਤੇ ਇਹ ਅਸੀਂ ਲਾਗੂ ਕਰਾਉਣੀ ਚਾਹੁੰਦੇ ਹਾਂ। ਸੋ ਬੰਗਾਲ ਦੀ ਵੰਡ ਨੂੰ ਐਲੀਮੀਨੇਟ ਕਰਨ ਦੇ ਲਈ ਤੁਸੀਂ ਕਹਿ ਲਓ ਜਾਂ ਜਿਹੜੀ ਬੰਗਾਲ ਦੀ ਵੰਡ ਕਰਜ਼ਨ ਦੁਆਰਾ ਕੀਤੀ ਗਈ ਸੀ ਉਹਨੂੰ ਦੁਬਾਰਾ ਉਵੇਂ ਜਿਵੇਂ ਲਿਆਉਣ ਦੇ ਲਈ ਕਾਂਗਰਸ ਦਾ ਜਿਹੜਾ ਸੈਸ਼ਨ ਲੱਗਿਆ ਸੀ 1905 ਦੇ ਵਿੱਚ, ਕਿੱਥੇ ਲੱਗਿਆ ਸੀ, ਬਨਾਰਸ ਵਿਖੇ UP ਵਿਖੇ, ਤੇ ਉਹ ਸੈਸ਼ਨ ਨੂੰ ਪ੍ਰਸਾਈਡ ਕੀਤਾ ਸੀਗਾ ਗੋਪਾਲ ਕ੍ਰਿਸ਼ਨ ਗੋਖਲੇ ਸਾਹਿਬ ਦੁਆਰਾ। ਇਹ GK ਗੋਖਲੇ ਸਾਹਿਬ, ਮਹਾਤਮਾ ਗਾਂਧੀ, ਬਾਪੂ ਗਾਂਧੀ ਦੇ ਇਹ ਪੋਲੀਟੀਕਲ ਗੁਰੂ ਵੀ ਸੀਗੇ, ਬਹੁਤ ਪੜ੍ਹੇ ਲਿਖੇ ਇਹ ਬੰਦੇ, ਗਿਆਨੀ ਬੰਦੇ ਸੀਗੇ। ਤੇ ਜਿਹੜਾ ਗੌਰਮੈਂਟ ਆਫ ਇੰਡੀਆ ਐਕਟ 1909 ਸੀ ਜਿਹਨੂੰ ਮਿੰਟੋ ਮੋਰਲੇ ਰਿਫੋਰਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਉਹਦੇ ਆਉਣ ਪਿੱਛੇ ਵੀ ਇਹਨਾਂ ਦਾ ਹੱਥ ਸੀਗਾ। ਸੋ ਇਹ 1905 ਜਿਹੜਾ ਕਾਂਗਰਸ ਦਾ ਸੈਸ਼ਨ ਫਿਰ ਲੱਗਿਆ ਬੰਗਾਲ ਦੀ ਵੰਡ ਤੋਂ ਬਾਅਦ। ਇਹ ਸੈਸ਼ਨ ਦੇ ਵਿੱਚ ਕਾਂਗਰਸ ਨੇ ਸਵਦੇਸ਼ੀ ਨੂੰ ਅਡੋਪਟ ਕੀਤਾ, ਇਹਨਾਂ ਨੇ ਸਵਦੇਸ਼ੀ ਤੇ ਬਾਈਕਾਟ ਮੂਵਮੈਂਟ ਸੀਗੀ ਜਿਹੜੀ ਉਹਨੂੰ ਸਪੋਰਟ ਕੀਤਾ। ਇਸ ਮੂਵਮੈਂਟ ਸੀ ਕਹਿੰਦੇ ਸ਼ੁਰੂਆਤ ਹੋ ਚੁੱਕੀ ਸੀ। ਇਹ ਮੂਵਮੈਂਟ ਕਹਿੰਦੀ ਕੀ ਸੀ, ਸਵਦੇਸ਼ੀ ਦਾ ਮਤਲਬ ਇਹ ਸੀਗਾ ਵੀ ਜਿਹੜੇ ਭਾਰਤ ਦੇ ਖੁਦ ਦੇ ਬਣੇ ਹੋਏ ਪ੍ਰੋਡਕਟ ਨੇ ਉਹਨਾਂ ਦੀ ਵਰਤੋਂ ਕਰਨੀ ਹੈ, ਉਹਨਾਂ ਨੂੰ ਅਡੋਪਟ ਕਰਨਾ ਹੈ, ਤੇ ਜਿਹੜੇ ਫੋਰਨ ਪ੍ਰੋਡਕਟਸ ਨੇ ਉਹਨਾਂ ਨੂੰ ਆਪਾਂ ਨੇ ਰਿਜੈਕਟ ਕਰਨਾ ਹੈ, ਉਹਨਾਂ ਦਾ ਬਾਈਕਾਟ ਕਰਨਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਚਾਈਨਾ ਤੇ ਇੰਡੀਆ ਦੇ ਨਾਲ ਟੈਂਸ਼ਨ ਵੱਧਦੀਆਂ ਜਾ ਰਹੀਆਂ ਨੇ। ਤੁਹਾਨੂੰ ਨਿਊਜ਼ ਚੈਨਲ ਦੇ ਵਿੱਚ ਵੀ ਸੁਣਿਆ ਹੋਊਗਾ ਵੀ ਭਾਈ ਚਾਈਨਾ ਦੇ ਨੂੰ ਮਤਲਬ ਤੁਸੀਂ ਕਹਿ ਲਓ ਕਾਊਂਟਰ ਕਰਦੇ ਕਈ ਤਰੀਕੇ ਨੇ, ਚਾਈਨਾ ਦਾ ਟ੍ਰੇਡ ਬੰਦ ਕਰ ਦਿਓ, ਚਾਈਨਾ ਦੇ ਬਣੀਆਂ ਹੋਈਆਂ ਚੀਜ਼ਾਂ ਨੂੰ ਵਰਤਣਾ ਛੱਡ ਦਿਓ ਜਿਹਦੇ ਨਾਲ ਚਾਈਨਾ ਦੀ ਇਕਾਨਮੀ ਨੂੰ ਵੀ ਝਟਕਾ ਲੱਗੇ। ਸੋ ਉਹੀ ਕੁਝ ਤਰੀਕਾ ਉਹਨਾਂ ਸਮਿਆਂ ਦੇ ਵਿੱਚ ਅਪਣਾਇਆ ਜਾਂਦਾ ਸੀਗਾ। ਸਵਦੇਸ਼ੀ ਦੇ ਬਾਈਕਾਟ ਦਾ ਮਤਲਬ ਇਹ ਸੀ ਸਵਦੇਸ਼ੀ ਭਾਰਤ ਦੇ ਬਣੇ ਹੋਏ ਗੁੜਸ, ਚਾਹੇ ਉਹ ਕੱਪੜੇ ਹੋ ਗਏ, ਚਾਹੇ ਖਾਣ ਪੀਣ ਵਾਲੀ ਕੋਈ ਚੀਜ਼ ਹੋ ਗਈ, ਉਹਦੀ ਵਰਤੋਂ ਕਰਨੀ। ਤੇ ਇਸ ਤੋਂ ਇਲਾਵਾ ਬ੍ਰਿਟਿਸ਼ਰ ਦੀ ਬਣੀ ਹੋਈ ਕੋਈ ਵੀ ਚੀਜ਼ ਹੈ ਉਹ ਤਾਂ
ਫੋਰਨਰ ਆਈਟਮ ਹੋ ਗਈ, ਠੀਕ ਹੈ, ਉਹਨੂੰ ਟੋਟਲੀ ਬਾਈਕਾਟ ਕਰਨਾ, ਉਹਦੀ ਟੋਟਲੀ ਨਿੰਦਾ ਕਰਨੀ ਤੇ ਉਹਨੂੰ ਵਰਤੋਂ ਉਹਦੀ ਨਹੀਂ ਕਰਨੀ, ਇਹ ਕਹਿੰਦੇ ਸੀ ਸਵਦੇਸ਼ੀ ਦੇ ਬਾਈਕਾਟ ਮੂਵਮੈਂਟ। ਇਹ ਬੰਗਾਲ ਦੇ ਲਈ ਇਹਨਾਂ ਨੇ ਸਪੋਰਟ ਕੀਤੀ ਸੀਗੀ ਤੇ ਇੱਥੋਂ ਤੁਸੀਂ ਕਹਿ ਲਓ 1905 ਵਾਲੇ ਸੈਸ਼ਨ ਤੋਂ ਕਾਂਗਰਸ ਦੇ ਵਿੱਚ ਜਿਹੜਾ ਫਰਕ ਸੀਗਾ ਉਹ ਪੈਣਾ ਸ਼ੁਰੂ ਹੋ ਗਿਆ ਸੀ, ਜਿਹੜਾ ਕਿ 1908 ਤੱਕ ਆਉਂਦੇ ਆਉਂਦੇ ਕਾਂਗਰਸ ਨੂੰ ਹੀ ਦੋ ਹਿੱਸਿਆਂ ਦੇ ਵਿੱਚ ਵੰਡ ਦੂਗਾ। ਉਹ ਕਿਵੇਂ ਵੰਡ ਦੂਗਾ ਉਹ ਆਪਾਂ ਹਾਲੇ ਅੱਗੇ ਡਿਸਕਸ ਕਰਨਾ ਹੈ। ਸੋ ਇਸ ਮੂਵਮੈਂਟ ਨੂੰ ਇਹਨਾਂ ਨੇ ਕਾਂਗਰਸੀਆਂ ਨੇ ਬੰਗਾਲ ਦੀ ਪਾਰਟੀਸ਼ਨ ਦੇ ਲਈ ਐਜ਼ ਅ ਪੋਲੀਟੀਕਲ ਟੂਲ ਵਰਤਿਆ ਤਾਂ ਕਿ ਉਸ ਪਾਰਟੀਸ਼ਨ ਨੂੰ ਨਲੀਫਾਈ ਕੀਤਾ ਜਾ ਸਕੇ ਤੇ ਇਸ ਤੋਂ ਇਲਾਵਾ ਬ੍ਰਿਟਿਸ਼ ਬਣੇ ਹੋਏ ਜਿਹੜੇ ਕਲੋਥ ਕੱਪੜੇ ਵਗੈਰਾ ਹੁੰਦੇ ਸੀ ਉਹਨਾਂ ਨੂੰ ਪਬਲਿਕ ਪਲੇਸਿਸ ਦੇ ਉੱਪਰ ਜਾ ਕੇ ਅੱਗ ਲਾਉਣੀ, ਅੰਗਰੇਜ਼ਾਂ ਨੂੰ ਇਹ ਸ਼ੋਅ ਕਰਨਾ ਵੀ ਅਸੀਂ ਤੁਹਾਡੀ ਬਣੀ ਹੋਈ ਕੋਈ ਵੀ ਚੀਜ਼ ਦੀ ਵਰਤੋਂ ਨਹੀਂ ਕਰਾਂਗੇ, ਉਹਦਾ ਵਿਰੋਧ ਕਰਾਂਗੇ, ਠੀਕ ਹੈ, ਉਦੋਂ ਤੱਕ ਕਰਾਂਗੇ ਜਿੰਨਾ ਚਿਰ ਤੁਸੀਂ ਬੰਗਾਲ ਦੀ ਪਾਰਟੀਸ਼ਨ ਨੂੰ ਨਲੀਫਾਈ ਨਹੀਂ ਕਰਦੇ। ਫਿਰ ਹੁਣ ਇੱਥੋਂ ਕਾਂਗਰਸ ਦੇ ਵਿੱਚ ਫਰਕ ਪੈਣਾ ਕਿਵੇਂ ਸ਼ੁਰੂ ਹੋਇਆ ਉਹਦਾ ਥੋੜ੍ਹਾ ਜਿਹਾ ਮੁੱਢ ਮੰਨਿਆ ਜਾਂਦਾ ਹੈ। ਉਹ ਕਿਵੇਂ, ਸੁਣੋ ਧਿਆਨ ਦੇ ਨਾਲ। ਤਾਂ ਦੇਖੋ ਦੋ ਤਰ੍ਹਾਂ ਦੇ ਬੰਦੇ ਹੁੰਦੇ ਸੀਗੇ, ਦੋ ਤਰ੍ਹਾਂ ਦੇ ਗਰੁੱਪਸ ਹੁੰਦੇ ਸੀਗੇ ਕਾਂਗਰਸ ਦੇ ਵਿੱਚ। ਕਿਹੜੇ ਕਿਹੜੇ? ਇੱਕ ਤਾਂ ਹੁੰਦੇ ਸੀਗੇ ਨਰਮ ਦਲੀਏ, ਉਹਨਾਂ ਨੂੰ ਮਾਡਰੇਟ ਕਿਹਾ ਜਾਂਦਾ ਸੀ। ਇਹ ਮਾਡਰੇਟ ਕੌਣ ਸੀਗੇ? ਸਿਆਣੇ ਪੜ੍ਹੇ ਲਿਖੇ ਗੋਪਾਲ ਕ੍ਰਿਸ਼ਨ ਗੋਖਲੇ ਵਰਗੇ ਬੰਦੇ ਹੁੰਦੇ ਸੀ ਜਿਹੜੇ ਕਹਿੰਦੇ ਸੀ ਵੀ ਅਸੀਂ ਭਾਈ ਅੰਗਰੇਜ਼ਾਂ ਦੇ ਨਾਲ ਸਾਡੀ ਸਾਂਝ ਪੁਰਾਣੀ ਹੈ, ਇਹਨਾਂ ਨੇ ਸਾਡੀ ਕਾਂਗਰਸ ਬਣਨ ਦੇ ਵਿੱਚ ਹੈਲਪ ਕੀਤੀ ਹੈ। ਸੋ ਜੇ ਅਸੀਂ ਕੋਈ ਵੀ ਸੁਧਾਰ ਕਰਨਾ ਚਾਹੁੰਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹਨਾਂ ਤੋਂ ਪੁੱਛ ਕੇ ਕਰਨਾ, ਇਹਨਾਂ ਦੇ ਅੰਡਰ ਰਹਿ ਕੇ ਕਰਨਾ, ਇਹ ਤਾਂ ਸੀਗੀ ਇਹਨਾਂ ਦੀ ਵਿਚਾਰਧਾਰਾ। ਦੂਸਰੇ ਹੁੰਦੇ ਸੀਗੇ ਐਕਸਟ੍ਰੀਮਿਸਟ, ਕਹਿੰਦੇ ਨੇ ਬਾਲ ਗੰਗਾਧਰ ਤਿਲਕ, ਬਿਪਿਨ ਚੰਦਰ ਪਾਲ, ਲਾਲਾ ਲਾਜਪਤ ਰਾਏ, ਅਰਵਿੰਦੋ ਘੋਸ਼, ਇਹ ਐਕਸਟ੍ਰੀਮਿਸਟ ਨੈਸ਼ਨਲਿਸਟ ਦੀ ਕੈਟਾਗਰੀ ਚ ਆਉਂਦੇ ਸੀ। ਇਹ ਬੇਸਿਕਲੀ ਸਿੱਧਾ ਇੱਕੋ ਮੋਟਿਵ ਸੀਗਾ, ਦੇਸ਼ ਆਜ਼ਾਦ ਕਰਾਉਣਾ, ਠੀਕ ਹੈ, ਪੋਲੀਟੀਕਲ ਫਰੀਡਮ ਹੀ ਇਹਨਾਂ ਦਾ ਮੇਨ ਮਕਸਦ ਸੀਗਾ, ਠੀਕ ਹੈ, ਸਵਰਾਜ ਦੇ ਵਿੱਚ ਇਹ ਵਿਸ਼ਵਾਸ ਕਰਦੇ ਸੀ। ਸੋ ਦੋ ਤਰ੍ਹਾਂ ਦੇ ਜਿਹੜੇ ਇਹ ਦੋ ਤਬਕੇ ਦੇ ਲੋਕ ਹੁੰਦੇ ਸੀ ਇਹ ਕਾਂਗਰਸ ਦੇ ਵਿੱਚ ਉਹਨਾਂ ਸਮੇਂ ਦੇ ਵਿੱਚ ਦੇਖਣ ਨੂੰ ਮਿਲਦੇ ਸੀ। ਹੁਣ ਇੱਥੋਂ ਰਿੜਕਾ ਇਹ ਪੈ ਗਿਆ, ਜਿਹੜੇ ਮਾਡਰੇਟ ਸੀਗੇ ਨਰਮ ਦਲੀਏ ਉਹ ਤਾਂ ਇਹ ਚਾਹੁੰਦੇ ਸੀ ਵੀ ਜਿਹੜੀ ਇਹ ਸਾਡੀ ਐਜੀਟੇਸ਼ਨ ਹੈ ਸਵਦੇਸ਼ੀ ਤੇ ਬਾਈਕਾਟ ਵਾਲੀ ਇਹ ਅਸੀਂ ਸਿਰਫ ਬੰਗਾਲ ਤੱਕ ਹੀ ਸੀਮਿਤ ਰੱਖੀਏ ਤਾਂ ਕਿ ਅੰਗਰੇਜ਼ ਸਾਡੀ ਮੰਗ ਨੂੰ ਮੰਨ ਲੈਣ ਤੇ ਬੰਗਾਲ ਦੀ ਪਾਰਟੀਸ਼ਨ ਨੂੰ ਨਲੀਫਾਈ ਕਰ ਦੇਣ। ਬਟ ਐਕਸਟ੍ਰੀਮਿਸਟ ਇਹ ਚਾਹੁੰਦੇ ਸੀ ਵੀ ਇਹ ਤੋਂ ਚੰਗਾ ਮੌਕਾ ਮਿਲਣਾ ਨਹੀਂ, ਇਹ ਜਿਹੜੀ ਮੂਵਮੈਂਟ ਹੈਗੀ ਸਵਦੇਸ਼ੀ ਤੇ ਬਾਈਕਾਟ ਮੂਵਮੈਂਟ ਇਹਨੂੰ ਸਾਰੇ ਭਾਰਤ ਤੱਕ ਫੈਲਾਇਆ ਜਾਵੇ, ਜਿਹਦੇ ਨਾਲ ਇਹ ਹੋਊਗਾ ਵੀ ਸਾਰੇ ਭਾਰਤ ਦੇ ਲੋਕ ਜਾਗਰੂਕ ਹੋਣਗੇ ਤੇ ਅੰਗਰੇਜ਼ਾਂ ਦੇ ਖਿਲਾਫ਼ ਆਵਾਜ਼ ਹੋਣਗੇ ਤੇ ਅੰਗਰੇਜ਼ਾਂ ਨੂੰ ਭਾਰਤ ਚੋਂ ਕੱਢਣ ਦਾ ਇਸ ਤੋਂ ਵਧੀਆ ਮੌਕਾ ਨਹੀਂ ਮਿਲਣਾ। ਹੁਣ ਬਸ ਇਹਨਾਂ ਦੇ ਵਿੱਚ ਐਵੇਂ ਖੇਂਬੜਬਾਜ਼ੀ ਹੋ ਗਈ। ਮਾਡਰੇਟ ਕਹਿੰਦੇ ਨਹੀਂ ਨਹੀਂ ਭਾਰਤ 'ਚ ਫਲਾ ਕੀ ਕਰਨੀ ਆ, ਤੁਸੀਂ ਬੰਗਾਲ ਤੱਕ ਸੀਮਤ ਰੱਖੋ। ਐਕਸਟ੍ਰੀਮਿਸਟ ਕਹਿੰਦੇ ਨਾ, ਅਸੀਂ ਤਾਂ ਬਾਈ ਇਹਨੂੰ ਪੂਰੇ ਭਾਰਤ 'ਚ ਫਲਾਵਾਂਗੇ। ਸੋ ਜਿਹੜੇ ਐਕਸਟ੍ਰੀਮਿਸਟ ਲੀਡਰ ਸੀਗੇ ਜਿਵੇਂ ਕਿ ਲਾਲਾ ਲਾਜਪਤ ਰਾਏ, ਉਹਨਾਂ ਨੇ ਪੰਜਾਬ ਤੱਕ ਇਹ ਮੂਵਮੈਂਟ ਲੈ ਕੇ ਆਏ ਉਹ, ਫਿਰ ਬਾਲ ਗੰਗਾਧਰ ਤਿਲਕ ਇਹਨਾਂ ਦੀ ਸਰਦਾਰੀ ਬੰਬੇ ਵਾਲਾ ਜਿਹੜਾ ਏਰੀਆ ਹੁੰਦਾ ਸੀ ਉੱਥੇ ਹੁੰਦੇ ਸੀ, ਉੱਥੇ ਇਸ ਮੂਵਮੈਂਟ ਦੇ ਨੂੰ ਸਪਰੈਡ ਕਰਨ ਦੇ ਵਿੱਚ ਇਹਨਾਂ ਨੇ ਹੈਲਪ ਕੀਤੀ ਸੀ। ਸੋ 1906 ਤੱਕ ਆਉਂਦੇ ਹੁੰਦੇ ਭਾਰਤ ਦੇ ਕਾਫ਼ੀ ਹਿੱਸੇ ਤੱਕ ਇਹ ਮੂਵਮੈਂਟ ਫੈਲ ਚੁੱਕੀ ਸੀ। ਫਿਰ 1905 ਵਾਲਾ ਸੈਸ਼ਨ ਹੋ ਗਿਆ ਜੀ ਖਤਮ, ਅਗਲੇ ਸਾਲ 1906 ਆ ਗਿਆ। 1906 ਦੇ ਵਿੱਚ ਕਾਂਗਰਸ ਦਾ ਜਿਹੜਾ ਸੈਸ਼ਨ ਹੋਇਆ ਉਹਦੇ ਵਿੱਚ ਕੀ ਦੇਖਣ ਨੂੰ ਮਿਲਿਆ ਤਾਂ ਇਹ ਸੈਸ਼ਨ ਦੇ ਵਿੱਚ ਤਾਂ ਜਿਹੜੇ ਫਰਕ ਸੀਗੇ ਹੋਰ ਵੀ ਜ਼ਿਆਦਾ ਵੱਧ ਗਏ ਸੀ। ਕਾਂਗਰਸ ਦੇ ਵਿੱਚ ਜਿਹੜੇ ਦੋ ਫਰੈਕਸ਼ਨ ਦੋ ਧੜੇ ਵੱਧ ਸੀ। ਹੋਇਆ ਕਿ ਇਹ ਸੈਸ਼ਨ ਸੀਗਾ 1906 ਵਾਲਾ, ਇਹ ਕਲਕੱਤਾ ਵਿਖੇ ਹੈਲਡ ਹੋਇਆ ਤੇ ਇਹਨੂੰ ਪ੍ਰਿਸਾਈਡ ਕੀਤਾ ਗਿਆ ਜੀ ਦਾਦਾ ਭਾਈ ਨਰੋਜੀ ਦੁਆਰਾ। ਇਹਨਾਂ ਦੀ ਕਿਤਾਬ ਵੀ ਸੀਗੀ ਪਾਵਰਟੀ ਐਂਡ ਅਨ ਬ੍ਰਿਟਿਸ਼ ਰੂਲ ਇਨ ਇੰਡੀਆ, ਬਹੁਤ ਹੀ ਪੜ੍ਹੇ ਲਿਖੇ ਵਿਦਵਾਨ ਬੰਦੇ ਸੀ ਤੇ ਇਹਨਾਂ ਦੀ ਦੋਹੇ ਇੱਜ਼ਤ ਕਰਦੇ ਸੀ, ਚਾਹੇ ਉਹ ਨਰਮ ਦਲੀਏ ਸੀਗੇ ਮਾਡਰਨ ਸੀਗੇ ਚਾਹੇ ਉਹ ਐਕਸਟ੍ਰੀਮਿਸਟ ਸੀਗੇ। ਸੋ ਇਹਨਾਂ ਨੂੰ ਸੋਚ ਸਮਝ ਕੇ ਕਾਂਗਰਸ ਦਾ ਪ੍ਰੈਜੀਡੈਂਟ ਬਣਾਇਆ ਗਿਆ 1906 ਵਾਲੇ ਸੈਸ਼ਨ ਦੇ ਵਿੱਚ। ਤੇ ਇਹ ਜਿਹੜੀ ਸਵਦੇਸ਼ੀ ਐਂਡ ਬਾਈਕਾਟ ਮੂਵਮੈਂਟ ਸੀਗੀ ਚੱਲ ਰਹੀ ਸੀਗੀ, ਉਹਦੇ ਵਿੱਚ ਇਹਨਾਂ ਨੇ ਕਾਫੀ ਕੁਝ ਐਡ ਅਪ ਵੀ ਕੀਤਾ, ਜਿਵੇਂ ਕਿ ਇੱਕ ਟ੍ਰਾਈ ਕਲਰ ਫਲੈਗ ਸੀਗਾ ਰੈਡ ਗ੍ਰੀਨ ਤੇ ਯੈਲੋ ਕਲਰ ਦਾ, ਉਹਨੂੰ ਡਿਜ਼ਾਈਨ ਕੀਤਾ, ਇਹ ਤੁਸੀਂ ਫਲੈਗ ਦੇਖ ਸਕਦੇ ਹੋ। ਉਸ ਤੋਂ ਇਲਾਵਾ ਜਿਹੜਾ 1906 ਵਾਲਾ ਸੈਸ਼ਨ ਸੀ ਇਹਦੇ ਵਿੱਚ ਚਾਰ ਰੈਜ਼ੋਲੂਸ਼ਨ ਪਾਸ ਕੀਤੇ ਗਏ, ਬੜੇ ਹੀ ਇੰਪੋਰਟੈਂਟ ਰੈਜ਼ੋਲੂਸ਼ਨ ਹੈ, ਇਹ ਸਿੱਧਾ ਪੇਪਰ 'ਚ ਪੁੱਛੇ ਜਾਣਗੇ ਵੀ ਕਿਹੜੇ ਕਿਹੜੇ ਉਹ ਚਾਰ ਰੈਜ਼ੋਲੂਸ਼ਨ ਸੀ ਜਿਹੜੇ ਕਿ ਕਾਂਗਰਸ ਨੇ 1906 ਵਾਲੇ ਸੈਸ਼ਨ 'ਚ ਪਾਸ ਕਰਵਾਏ ਸੀ, ਠੀਕ ਹੈ, ਜਿਹੜੇ ਮੂਹਰੇ ਰੱਖੇ ਸੀ। ਇੱਕ ਤਾਂ ਸੀਗਾ ਬਾਈਕਾਟ, ਠੀਕ ਹੈ, ਫੋਰਨ ਗੁੱਡਸ ਦਾ ਬਾਈਕਾਟ ਕਰਨਾ। ਦੂਸਰਾ ਨੈਸ਼ਨਲ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ, ਬ੍ਰਿਟਿਸ਼ ਐਜੂਕੇਸ਼ਨ ਦੀ ਜਗ੍ਹਾ ਜਿਹੜੀ ਭਾਰਤ ਦੀ ਨੈਸ਼ਨਲ ਲੈਂਗੁਏਜ ਹੈਗੀ ਉਹਨੂੰ ਆਪਾਂ ਨੇ ਅੱਗੇ ਲੈ ਕੇ ਆਉਣਾ। ਫਿਰ ਸਵਦੇਸ਼ੀ ਆਪਣੇ ਦੇਸ਼ ਦੀਆਂ ਬੜੀ ਹੋਈ ਚੀਜ਼ਾਂ ਨੂੰ ਮਤਲਬ ਤੁਸੀਂ ਕਹਿ ਲਓ ਪ੍ਰਮੋਟ ਕਰਨਾ, ਤੇ ਚੌਥਾ ਬੰਗਾਲ ਦੀ ਪਾਰਟੀਸ਼ਨ ਸੀ ਜਿਹੜੀ ਉਹਦੀ ਨਿੰਦਾ ਕਰਨੀ। ਇਹ ਚਾਰ ਰੈਜ਼ੋਲੂਸ਼ਨ ਅੱਗੇ ਰੱਖੇਗੀ, ਅੱਗੇ ਗੱਲ ਕਰਦੇ ਹਾਂ। ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਸੀਗਾ ਵੀ ਜਿਹੜਾ ਇਹ ਰੈਜ਼ੋਲੂਸ਼ਨ ਸੀ ਇਹਨੂੰ ਰੱਖਣਾ ਜਾਂ ਇਹਨੂੰ ਰਿਜੈਕਟ ਕਰਨਾ, ਇਸੇ ਗੱਲ ਨੂੰ ਲੈ ਕੇ ਕਾਂਗਰਸ ਦੇ ਵਿੱਚ ਜਿਹੜਾ ਪਾਰ ਸੀਗਾ ਉਹ ਵੱਧ ਗਿਆ। ਮਾਡਰਨ ਤਾਂ ਇਹ ਕਹਿੰਦੇ ਸੀਗੇ ਵੀ ਦੇਖੋ ਹਾਂ ਤੁਸੀਂ ਚੀਜ਼ ਗਲਤ ਕਰ ਰਹੇ ਹੋ, ਇਸ ਚੀਜ਼ ਨੂੰ ਪੈਨ ਇੰਡੀਆ ਮੂਵਮੈਂਟ ਨਾ ਬਣਾਓ ਕਿਉਂਕਿ ਆਪਣੇ ਕੋਲ ਇੰਨਾ ਸਮਾਂ ਨਹੀਂ ਹੈਗਾ ਤੇ ਨਾ ਹੀ ਆਪਣਾ ਦੇਸ਼ ਤਿਆਰ ਹੈਗਾ ਐਡੀ ਵੱਡੀ ਮਾਸ ਮੂਵਮੈਂਟ ਦੇ ਲਈ, ਇਹ ਮਾਡਰਨ ਕਹਿੰਦੇ ਸੀ। ਬਟ ਐਕਸਟ੍ਰੀਮਿਸਟ ਇਹ ਕਹਿੰਦੇ ਸੀ ਵੀ ਆਪਾਂ ਨੂੰ ਬੰਗਾਲ ਦੀ ਪਾਰਟੀਸ਼ਨ ਤੋਂ ਥੋੜ੍ਹਾ ਜਿਹਾ ਉੱਪਰ ਉੱਠਣਾ ਚਾਹੀਦਾ ਤੇ ਆਪਾਂ ਹੁਣ ਫੁੱਲ ਫ੍ਰੈਜ ਸਵਰਾਜ ਦੀ ਡਿਮਾਂਡ ਰੱਖੀਏ, ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਡਿਮਾਂਡ ਰੱਖੀਏ ਅੰਗਰੇਜ਼ਾਂ ਪੂਰੀ। ਸੋ ਫਿਰ ਕੰਪਰੋਮਾਈਜ਼
दादा भाई नरोजी साहब ने करवाया, उन्होंने अंग्रेजों मूहे डिमांड रख दी भी स्वराज सानू चाहिए, सैल्फ रूल सानू चाहिए है। सो 1906 जो सैशन से यह इंपोर्टेंट था, स्वराज की डिमांड की गई थी इंडियन हिस्ट्री 1906 सैशन में यह क्वेश्चन पूछा जाता होंगे। हुण स्वदेशी मूवमेंट सी जिहड़ी, इहदे बारे आपां कुछ क गल कर लैणा, पर देखदे आं इह किवें किवें सक्सैसफुल रही। तां देखो इस मूवमेंट दे करके स्वदेशी एजुकेशन सी जिहड़ी उहनूं प्रमोट किया गया। बंगाल दे विच बंगाल नैशनल कॉलेज सीगा, इहनूं फाउंड किया गया ते अरविंद घोष इहदे प्रिंसीपल बणे। नैशनल काउंसिल फॉर एजुकेशन बनाई गई 1906 दे विच, इहनूं आपां अज समें NCERT कहिंदे, जिहदे किताबां तुसीं पढ़दे हो। फिर गल करदे आं कई मशहूर राइटर कवि पोएट, ठीक है, ये हुए जिमें कि रजनीकांत सैन, मुकुदास, ठीक है, द्विजेंद्र लाल रे, इन्होंने बहुत ही मशहूर गाने लिखे, पैट्रोटिक सोंग्स गाने लिखे, ठीक है, देश की तुम कह लो लोगों थोड़ा जहा मन दमन के जनून भरन के लिए। फिर रविंद्रनाथ टैगोर साहब ने बंगाल की वंड को रोकने के लिए बहुत कुछ किया। एक तो इन्होंने अमर सुनाल बांगला नाम का गीत लिखा, जो कि बाद बांग्लादेश का नैशनल एंथम भी बनया। रखड़ी का फैसटिवल इन्होंने शुरू किया, जिसे कहा कि हिंदू तो मुस्लिम भाईचारे के लोग ने हाथों के उपर रखने बनो ताकि एकता बनी रहे। सो एक तरह तुम कह लो ये मूवमेंट बंगाल के लिए एक तरह का पुनर्जन्म लै गए थे। हूँ यह मूवमेंट फिर क्यों होगी, वो पिछले की कारण है? तो सब तो पहला कांग्रेस का अगला सैशन लगन वाला 1907 कांग्रेस दो हिस्सों में वंडी जाऊगी। सो सूरत स्प्रिट उन्होंने कहें आप बारे पढ़ना, उस स्प्रिट तो बाद जी कांग्रेस थी वह वीकन हो गई थी, क्योंकि जोड़े एक्सट्रीमिस्ट लीडर से कमजोर पै गए थे, उन्होंने पॉलिटिक्स कुछ के समय के लिए छटती सी। दूसरा ये जी मूवमेंट सी स्वदेशी मूवमेंट, ये लोगों के लिए बहुत ही ज्यादा कारगर साबित नहीं हुई, क्यों? क्योंकि लोग भी फॉरन गुड से उन्होंने एक हद तक बायकॉट कर सकते थे, उस तो ज्यादा वह बायकॉट नहीं कर सकते, क्यों? क्योंकि इकोनॉमिक इंप्लीकेशन बहुत ज्यादा सी, फॉरन गुड्स किन्ने क होणगे, किन्ने क वर सकते हैं। सो किसी टाइम तो उन्होंने डोमैसटिक गुड्स किन्ने क होणगे, ठीक है, सो किसी टाइम के उपर उन्होंने फॉरन गुड्स के उपर आके रिलाई करना ही पैना सीगा, जिहड़े उस समय भारत की पब्लिक होंदे सी। तीसरा जे ये बायकट करते फॉरन गुड्स का, तो अंग्रेज भी चंट सके पूरे, ये कहते थे तुम्हें नौकरियों को कट देंगे। सो जॉब लॉस का भी उस वेले खतरा सामने आ गया, सरकारी कॉलेज सरकारी नौकरियों तो लोगों को भारतीयों को कढ़ना शुरू कर दिता गया। तो भारत जिहड़ा सदर्न इंडिया सीगा मोस्टली उत्थे ये मूवमेंट इन्नी ज़्यादा नहीं फैली। तो इस मूवमेंट के गल भी कही जाती है, जोड़े किसान भाई सके उन्होंने दुख दर्द की जी कोई भी गल सी वो इस मूवमेंट के चक्की नहीं गई, तो करके इस मूवमेंट को इस तरीके का क्रिटिसाइज किया जाता है भी ये एक मिडल क्लास मूवमेंट से। तो सब तो इंपोर्टेंट गल, मुस्लिम भाईचारे जोड़े लोग मोस्टली उन्होंने इस मूवमेंट तो पासा वट के रख्या, क्यों? वह क्योंकि भाई मुस्लिम भाईचारे के लोग तो हक च सके बंगाल की पार्टीशन के, वो क्यों सी वो मैं थोड़ा पिछले लैक्चर पढ़ा चुका भी वह मेजोरिटी के रह के अपने डिमांडा फुलफिल करवा सकते थे अंग्रेजों को, एजुकेशन के इकोनॉमिक पक्षों वह मूहरे आना चाहते थे। सो इतों ही फिर मुस्लिम लीग सी जी इन्हों की पार्टी से वो शुरुआत होगी। 30 दिसंबर 1906 मुस्लिम लीग को बनाया गया दो बंद द्वारा, एक का नाम सेगा आगा खान, बहुत ही मशहूर लीडर से, ढाका बंगलादेश जोड़ा अज के समय कैपिटल है वो नवाब से, दूसरे से नवाब मशीन उन मुल्क। ये भारत जोड़े इंडियन माइनोरिटीज होंगे मुस्लिम होंगे थे उन्होंने इंटरस्ट की रक्षा करने के लिए यह पार्टी बनाई गई। सो बेसिकली शुरू के अंग्रेजों की इन्होंने फुल सपोर्ट सी, आपको पता कर दें किन्ने इन्होंने सपोर्ट की, बट बाद इन्होंने भी सैल्फ रूल की गल की तो इन्होंने भी अंग्रेजों को निराशा का सामना करना पाया। कुछ क समय तुम कह लो बिच आना जो लैक्चर होंगे आप पढ़ा कुछ गलों के मुस्लिम लीग कांग्रेस का साथ भी दूगी, बट मोस्टली यह एक दूजे के खिलाफ ही बोली जाए करेंगे, तो यही चीज़ थी जी एंड दे देश की अपनी वंड करा गई। सो मुस्लिम लीग जरा 1908 के अमृतसर सैशन लग्या, डिसाइड किया गया यह सैशन का प्रेजिडेंट सेगा यह मुस्लिम लीग का सैशन सेगा, ध्यान न सुनो ये कांग्रेस का सैशन नहीं मुस्लिम लीग का सैशन सेगा, इन्हें प्रसाइड किया गया सैयद अली इमाम द्वारा। तो ये अंग्रेजा मुसलमाना ने यह कहा कि सानू स्पैशल इलैक्टोरेट चाहिए है आपके मुस्लिम भाईचारे के लोगों के लिए, यानी कि तुम कह लो एक तरह की रिजर्वेशन लो जी कि इन्होंने मिंटो मॉरले रिफॉर्म द्वारा दी गई। इतों ही तुम कह लो कम्यूनिजम सेगा उसकी शुरुआत हो चुकी थी, हिंदू तो मुस्लिम भाईचारे के आपस के जो पाठ सेगा ये इतों शुरू हो गया से, जोड़ा कि अगे जाके बहुत ज्यादा बढ़ जाना से देश की अपनी वंड करा गया। खैर आ दो बंदे जो तुम देख रहे हो, आ खब्बे पासे आगा खान ने, सज्जे पासे मशीन उन मुल्क ने। हुण आपां आउणे जी 1907 दे साल उपर, इस साल कांग्रेस का सैशन जोड़ा लग्या वो लग्या कितने, वो तमिलनाडु के मद्रास विखे लग्या।
पहला यह सैशन नागपुर महाराष्ट्र च लगना सी बट कांग्रेसी भी बड़े चलाक से खास करके जो मॉडरेट से वह यह चाहते थे कि जो नागपुर है वह बाल गंगाधर तिलक का एरिया है तो इतने आप कोई भी जो मैटर रेज करना है तो जो एक्सट्रीमिस्ट तबके के लोग ने वो एक्सट्रीमिज्म को ही फेवर कर रहे हैं करके ये सैशन का वेन्यू चेंज करके सूरत गुजरात के विच रखा गया तापी जी नदी हैगी गुजरात च वहिंदी है वो कंडे के उपर यह सैशन हैल्ड होया 1907 के फिर कांग्रेस के जो पार्ट सीगा यह पार्ट कांग्रेस को दो हिस्सों के तोड़न के लिए कामयाब हो गया। हुण इत्थे फिर की होया जी मॉडरेट्स की चाहते थे नरम दली यह चाहते थे जो कांग्रेस का जो रेजोल्यूशन सीगा पिछे 1906 वाला उन्होंने अपने मॉडिफाई करना है स्वराज तो चलो ठीक है बट आप अंग्रेजा के हुकूमत अंडर रह के यह कॉन्स्टिट्यूशन रिफॉर्म्स कर सकते हैं बट एक्सट्रीमिस्ट तो यह चाहते थे भी ना अपना देश आजाद ही करवाना है। उस तो अलावा रौला यह पै गया जो सैशन कांग्रेस का प्रेजिडेंट चुने जाना से उसकी चोन लैके रौला पै गया ठीक है। सो उसकी चोन लैके वह बंदा कौन सी वह बंदा सीगा रास बिहारी गोश ध्यान देना सुनो इतने कन्फ्यूज होंगे होंगे तो पेपर वाला थोड़ा उलझा आता है इस जरा यह सैशन प्रसैड किया रास बिहारी गोश ने किया एक मॉडरेट लीडर वेयर एस एक सिमिलर नाम का बंदा है रास बिहारी बोस वो बोस सुभाष चंद्र बोस का जो अगर आप जिक्र करा वो उस्ताद सगा तो एक्सट्रीमिस्ट विचारधारा का परसन बट जो रास बिहारी गोश सगा एक मॉडरेट सगा सो यू प्रेजिडेंट चुने गया इस सैशन का बट एक्सट्रीमिस्ट यू प्रेजिडेंट चुने जाना नहीं चाहते थे वह लाला लाजपत राय को चाहते थे भी वह कांग्रेस के प्रेजिडेंट बन हूँ मॉडरेट नरम दली ये चाहते थे भी जोड़ा ये कांग्रेस का कॉन्स्टिट्यूशन है जोड़ा रेजोल्यूशन पिछले पास करवाया वो एक कलॉज यह इंसर्ट करवाया जाए भी स्वराज आप इस तरीके कह लो अचीव करिए भी कॉन्स्टिट्यूशनल तरीके आप अचीव करिए एडमिनिस्ट्रेशन के सुधार अंग्रेजा के तुम कह लो हुकूमत अंडर रह के ही कर सकी उन्होंने आप बाहर ना जाइए बट एक्सट्रीमिस्ट इस चीज़ के फेवर च नहीं स्वदेशी के बाइकर जी मूवमेंट से यह एजुटेशन से हक च से यू बहुत अगे तक लेके जाना चाहते थे। सो फिर इतों ही कांग्रेस के जोड़े दो हिस्से से अड हो गए पहला एक कांग्रेस का ही पार्ट से हूँ यह अड हो गए कांग्रेस दो हिस्सों के वंटी गई किड़े एक तो एक्सट्रीमिस्ट धड़ा दूसरा सीगा मॉडरेट धड़ा। सो कांग्रेस जो 1907 वाला सैशन से सूरत विखे लगा सी इतने कांग्रेस दो हिस्सों के वंटी गई एक्सट्रीमिस्ट लीडर किड़े से लाल बाल पाल बाल गंगाधर तिलक पाल तो बिपिन चंद्र पाल लाल तो लाला लाजपत राय तो इस अलावा अरविंदो घोष यह सारे एक्सट्रीमिस्ट से मॉडरेट्स के गोपाल कृष्ण गोखले होर भी कई लीडर से अगे जाके महात्मा गांधी वह भी मॉडरेट्स का ही हथ फड़नगे तो इस अलावा रास बिहारी घोष वर्गे सारे मॉडरेट से। सो हूँ इतने कांग्रेस दो हिस्सों के वंटी गई अंग्रेजा की चाहता सी अन्ने की चाहदियां ने दो अखा अंग्रेजा बहुत वधिया मौका मिल गया उन्होंने लग गया पता भी कांग्रेस के आपदे पाड़ पै गया इनू हो इस पाड़ को होर ज्यादा बढ़ाया जाए अपने की करना है जोड़े एक्सट्रीमिस्ट लोग ने गे इन्हों अपने दबना है ताकि यह एक्सट्रीमिस्ट लोग ने जोड़े यही रेवोल्यूशनरी एक्टिविटीज़ को अंजाम देंगे ये जी एक्सट्रीमिस्ट एक्टिविटीज़ ने इन्हों रोकने का सब तो वधिया मौका है। सो कांग्रेस के इस सैशन के बाद इमीडिएटली अंग्रेजा ने बहुत ही ज्यादा कह लो बहुत ही कह लो रिप्रेसिव मैजर ले एक्सट्रीमिज़म को भारत के रोकने लिए इन्होंने बथेरे एक्ट लिया जिमें कि सडिशियस मीटिंग एक्ट ठीक है कोई भी खुफिया मीटिंग करता है उन्होंने रोकने के लिए यह एक्ट लै गया से उस बंद उपर मैडल पाते फिर एक्सप्लोजिव सबस्टांस एक्ट लिया गया 1908 के जोड़ा कि ठीक है कोई बंदा नजायज बंब बना फड़ाया गया तो उन्होंने भी जेल है तो सख्त तो सख्त कार्रवाई की जा सकती है। फिर न्यूज़पेपर इनसाइटमेंट टू फैंस एक्ट 1908 ये बारे मैं थोड़ा प्रेस वाले चैप्टर से पढ़ाया ये कहना कि किसी बंद की प्रेस जब्त भी की जा सकती है बंद भी की जा सकती है जो उस सरकार के खिलाफ कुछ छापता है या लोगों के खिलाफ मनों के हेटड़ की भावना वह पैदा करता है। सो फिर होया कि नतीजा यह निकलिया जो एक्सट्रीमिज़म सीगा वह एक समय के लिए सप्रैस कर दिता गया अंग्रेजों द्वारा उन्होंने जी पोजिशन से ऑलमोस्ट खत्म कर दी गई थी जोड़े एक्सट्रीमिस्ट लीडर से जिमें कि अरविंदो घोष इन्होंने पॉलिटिक्स छड़ती पौंडीचेरी चले गए बिपिन चंद्र पाल इन्होंने भी पॉलिटिक्स राजनीति छड़ती कुछ साल बाल गंगाधर तिलक के उपर सडिशन चार्ज लगे देश धरो दे उन्होंने 6 साल के लिए सजा दी गई ऑल दो उन्होंने मुहम्मद अली जिन्ना द्वारा डिफेंड भी किया गया सीगा यह वकील सके इन्होंने अगे ये भी ये अट पाकिस्तान ले जाएंगे बट शुरू के वधिया मित्र होंगे लाला लाजपत राय इंग्लैंड चले गए अगे कहने मैं पढ़ना चाहना ठीक है इतों राजनीति कुछ समय से मैं छड़ता। सो एक्सट्रीमिस्ट जो मेन लीडर से उन्होंने तो भाई राजनीति छड़ती सो एक्सट्रीमिस्ट तो ऑटोमैटिकली सप्रैस होना ही सीगा
ਫਿਰ ਉਹਨੂੰ ਹੋਇਆ ਕਿ ਕਾਂਗਰਸ ਦੇ ਵਿੱਚ ਮੋਸਟਲੀ ਜਿਹੜੇ ਮਾਡਰੇਟ ਸੀਗੇ ਨਰਮ ਦਲੀ ਸੀਗੇ ਉਹ ਰਹਿ ਗਏ ਤੇ ਅੰਗਰੇਜ਼ਾਂ ਦੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਅੰਗਰੇਜ਼ਾਂ ਦੇ ਅੰਡਰ ਰਹਿ ਕੇ ਹੀ ਉਹ ਕੰਮ ਕਰਨਾ ਰਿਫੋਰਮ ਕਰਨਾ ਚਾਹੁੰਦੇ ਸੀਗੇ ਸੋ ਐਕਸਟ੍ਰੀਮਿਜ਼ਮ ਨੂੰ ਇੱਕ ਸਮੇਂ ਦੇ ਲਈ ਅੰਗਰੇਜ਼ਾਂ ਨੇ ਸਪਰੈਸ ਕਰਤਾ ਬਟ ਇਹਨਾਂ ਨੂੰ ਇਹ ਨਹੀਂ ਪਤਾ ਸੀ ਐਕਸਟ੍ਰੀਮਿਸਟ ਨੈਸ਼ਨਲਿਜ਼ਮ ਨੂੰ ਤਾਂ ਅਸੀਂ ਸਪਰੈਸ ਕਰ ਦਾਂਗੇ ਇਹ ਤੋਂ ਬਾਅਦ ਜੋ ਸ਼ੁਰੂ ਹੋਣ ਵਾਲਾ ਹੈ ਉਹਨੂੰ ਅਸੀਂ ਕਿਵੇਂ ਰੋਕਾਂਗੇ ਸੋ ਐਕਸਟ੍ਰੀਮਿਸਟ ਨੈਸ਼ਨਲਿਜ਼ਮ ਤੋਂ ਬਾਅਦ ਮਿਲੀਟੈਂਟ ਨੈਸ਼ਨਲਿਜ਼ਮ ਦੀ ਸ਼ੁਰੂਆਤ ਹੋ ਗਈ ਤੇ ਉਹ ਅੱਗੇ ਬਹੁਤ ਹੀ ਜ਼ਿਆਦਾ ਵੱਡਾ ਰੂਪ ਧਾਰਨ ਕਰਨ ਵਾਲੀ ਹੈ ਤੇ ਅੰਗਰੇਜ਼ਾਂ ਦੇ ਨੱਕ 'ਚ ਦੰਬ ਕਰਨ ਵਾਲੀ ਹੈ ਜਿਵੇਂ ਕਿ ਜਿਹੜੇ ਬੰਬ ਸਿੱਟਣੇ ਸੀ ਸਿੱਧੇ ਉਹ ਮਿਲੀਟੈਂਟ ਨੈਸ਼ਨਲਿਜ਼ਮ ਚਾਹੁੰਦਾ ਸੀ ਚੰਦਰ ਸ਼ੇਖਰ ਆਜ਼ਾਦ ਨੇ ਫਾਇਰ ਕੱਢਤਾ ਭਗਤ ਸਿੰਘ ਹੋਰਾਂ ਨੇ ਬੰਬ ਸਿੱਟਤਾ ਹੋਰ ਵੀ ਕਈ ਆਉਣਗੇ ਫਰੀਡਮ ਫਾਈਟਰ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਮਾਰਿਆ ਸੀਗਾ ਕਰਜ਼ਨ ਬੀਲੀ ਨੂੰ ਮਾਰਿਆ ਸੀਗਾ ਮਦਨ ਲਾਲ ਢਿੰਗਰਾ ਨੇ ਠੀਕ ਹੈ ਸ਼ਹੀਦ ਊਧਮ ਸਿੰਘ ਹੋਰੀ ਇਹ ਸਾਰੇ ਇਸ ਕੈਟਾਗਰੀ ਚਾਹੁੰਦੇ ਸੀ ਇਸ ਚੀਜ਼ ਦੀ ਸ਼ੁਰੂਆਤ ਹੋ ਗਈ ਸੀ ਫਿਰ 1908 ਵਾਲਾ ਸੈਸ਼ਨ ਆਇਆ ਜੀ ਕਾਂਗਰਸ ਦਾ ਠੀਕ ਹੈ ਇਹ ਸੈਸ਼ਨ ਮਦਰਾਸ ਵਿਖੇ ਹੀ ਹੈਲਡ ਹੋਇਆ ਤੇ ਇਹਨੂੰ ਵੀ ਪ੍ਰਸਾਈਡ ਕੀਤਾ ਰਾਸ ਬਹਿਰੀ ਕੋਸ ਦੁਆਰਾ ਹੁਣ ਹੋਇਆ ਕਿ ਇਹ ਸੈਸ਼ਨ ਦੇ ਵਿੱਚ ਮੋਸਟਲੀ ਜਿਹੜੇ ਮਾਡਰੇਟ ਸੀਗੇ ਉਹ ਉਹਨਾਂ ਨੇ ਇਹ ਸੈਸ਼ਨ ਦੇ ਵਿੱਚ ਪਾਰਟ ਲਿਆ ਸੀ ਕਿਉਂ ਕਿਉਂਕਿ ਐਕਸਟ੍ਰੀਮਿਜ਼ਮ ਨੂੰ ਤਾਂ ਅੰਗਰੇਜ਼ਾਂ ਨੇ ਸਪਰੈਸ ਕਰਤਾ ਸੀ ਮੋਸਟਲੀ ਜਿਹੜੇ ਐਕਸਟ੍ਰੀਮਿਸਟ ਲੀਡਰ ਸੀ ਉਹ ਜੇਲ੍ਹਾਂ ਦੇ ਵਿੱਚ ਸੀ ਉਹਨਾਂ ਨੂੰ ਫੜ ਲਿਆ ਗਿਆ ਸੀ ਤੇ ਇੱਥੇ ਇਹਨਾਂ ਦੇ ਜੇ ਕੋਈ ਆਇਆ ਵੀ ਸੀਗਾ ਇਸ ਸੈਸ਼ਨ ਦੇ ਵਿੱਚ ਇਸ ਕਾਂਗਰਸ ਦਾ ਬਾਈਕਾਟ ਕਰਨ ਦੇ ਲਈ ਉਹਦੇ ਉੱਪਰ ਡਾਂਗਾ ਫੇਰੀਆਂ ਗਿਆ ਠੀਕ ਹੈ ਵਧੀਆ ਛਿੱਤਰ ਪਏ ਉਹਨਾਂ ਦੇ ਅੰਗਰੇਜ਼ਾਂ ਦੁਆਰਾ ਸੋ ਐਕਸਟ੍ਰੀਮਿਜ਼ਮ ਸਪਰੈਸ ਕੀਤਾ ਗਿਆ ਫਿਰ ਮਿਲੀਟੈਂਟ ਨੈਸ਼ਨਲਿਜ਼ਮ ਦੀ ਸ਼ੁਰੂਆਤ ਹੋ ਗਈ ਉਹਦੇ ਆਪਾਂ ਦੋ ਤਿੰਨ ਕੇਸ ਦੇਖਦੇ ਹਾਂ ਮਿਲੀਟੈਂਟ ਨੈਸ਼ਨਲਿਜ਼ਮ ਦਾ ਭਾਰਤ ਵਿੱਚ ਸ਼ੁਰੂਆਤ ਕਿਵੇਂ ਹੋਈ ਖਾਸ ਕਰਕੇ ਲਾਰਡ ਮਿੰਟੋ ਸਾਹਿਬ ਦੇ ਟਾਈਮਲਾਈਨ ਦੇ ਵਿੱਚ ਆਪਾਂ ਇੱਕ ਦੋ ਘਟਨਾਵਾਂ ਬਾਰੇ ਪੜ੍ਹਦੇ ਹਾਂ ਇਹ ਪੇਪਰ 'ਚ ਪੁੱਛੀ ਜਾਂਦੇ ਨੇ ਇੰਪੋਰਟੈਂਟ ਸਭ ਤੋਂ ਪਹਿਲਾਂ ਹੋਈ ਜੀ ਅਲੀਪੁਰ ਬੰਬ ਕੌਨਸਪੀਰੇਸੀ 1908 ਦੇ ਵਿੱਚ ਹੋਇਆ ਕਿ ਡੌਗਲਸ ਕਿੰਗਸਫੋਰਡ ਨਾਮ ਦਾ ਇੱਕ ਬ੍ਰਿਟਿਸ਼ ਮੈਜਿਸਟਰੇਟ ਸੀ ਜੱਜ ਸੀਗਾ ਇਹ ਤੋਂ ਅੱਕੇ ਹੋਏ ਠੀਕ ਹੈ ਦੋ ਨੌਜਵਾਨ ਸੀਗੇ ਉਹਨਾਂ ਨੂੰ ਕਿਸੇ ਬੰਦੇ ਨੇ ਵਧੀਆ ਬੰਬ ਚਾੜੇ ਉਹਨਾਂ ਨੇ ਇਹਦੇ ਉੱਪਰ ਬੰਬ ਸਿੱਟਣ ਦਾ ਫੈਸਲਾ ਲੈ ਲਿਆ ਕਿੱਥੇ ਬਿਹਾਰ ਦਾ ਜਿਹੜਾ ਮੁਜ਼ੱਫਰਪੁਰ ਹੈਗਾ ਇੱਥੇ ਦੀ ਇੱਕ ਆਈਟਮ ਹੈਗੀ ਇੱਥੇ ਚੀਜ਼ ਉੱਗਦੀ ਹੈ ਉਹਨੂੰ ਜੋਗ੍ਰਾਫਿਕਲ ਇੰਡੀਕੇਸ਼ਨ ਦਾ ਟੈਗ ਮਿਲਿਆ ਹੋਇਆ ਕਿ ਉਹ ਚੀਜ਼ ਖਾਣ ਵਾਲੀ ਚੀਜ਼ ਹੈ ਉਹਦੇ ਬਾਰੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਸੋ ਫਿਰ ਕੀ ਹੋਇਆ ਇਹ ਉਦੋਂ ਆਪਦੇ ਟਾਂਗਾ ਹੁੰਦਾ ਸੀਗਾ ਜਿਹੜਾ ਘੋੜੇ ਦੇ ਵਿੱਚ ਜਿਹੜਾ ਉਹ ਲੱਗਦਾ ਹੁੰਦਾ ਸੀਗਾ ਬੈਠਣ ਨੂੰ ਵਧੀਆ ਲੱਗ ਨਹੀਂ ਹੁੰਦਾ ਸੀਗਾ ਉਹਦੇ ਉੱਪਰ ਬੰਬ ਸਿੱਟਣ ਦਾ ਦੋ ਜਵਾਕਾਂ ਨੇ ਫੈਸਲਾ ਲਿਆ ਇੱਕ ਤਾਂ ਸੀਗਾ ਪ੍ਰਫੁੱਲਾ ਚੱਕੀ ਦੂਸਰਾ ਸੀਗਾ ਖੁਦੀ ਰਾਮ ਬੋਸ 15-15 17-18 ਸਾਲਾਂ ਦੇ ਇਹ ਦੋ ਜਵਾਕ ਸੀ ਇਹਨਾਂ ਨੂੰ ਫਿਰ ਪੰਪ ਦਿੱਤੇ ਗਏ ਅਰਬਿੰਦੋ ਘੋਸ਼ ਸਾਹਿਬ ਉਹਨਾਂ ਦੁਆਰਾ ਇਹਨਾਂ ਦਾ ਫੈਸਲਾ ਲਿਆ ਵੀ ਅੰਗਰੇਜ਼ਾਂ ਦੀ ਹਕੂਮਤ ਨੂੰ ਐਂ ਤਾਂ ਇਹ ਕਾਬੂ ਹੋਣਾ ਨਹੀਂ ਇਹਨਾਂ ਉੱਪਰ ਅਟੈਕ ਕਰਨਾ ਪਊਗਾ ਇਹਨਾਂ ਉੱਪਰ ਬੰਬ ਸਿੱਟਣਾ ਪਊ ਬੰਬ ਸਿੱਟਤਾ ਬਟ ਇਹਨਾਂ ਦਾ ਥੋੜ੍ਹਾ ਜਿਹਾ ਅੰਦਾਜ਼ਾ ਸੀਗਾ ਉਹ ਗਲਤ ਹੋ ਗਿਆ ਕਿੰਗਸਫੋਰਡ ਸੀਗਾ ਜਿਹੜਾ ਉਹ ਤਾਂ ਉਸ ਕੈਰੀ ਦੇ ਵਿੱਚ ਉਸ ਰੱਥ ਦੇ ਵਿੱਚ ਹੈ ਨਹੀਂ ਸੀ ਉਹਦੀ ਜਗ੍ਹਾ ਦੋ ਬ੍ਰਿਟਿਸ਼ ਔਰਤਾਂ ਸੀਗੀਆਂ ਉਹ ਮਾਰੀਆਂ ਗਈਆਂ ਇਸ ਇੰਸੀਡੈਂਟ ਦੇ ਵਿੱਚ ਇਹਨੂੰ ਅਲੀਪੁਰ ਬੰਬ ਕੌਨਸਪੀਰੇਸੀ ਕਹਿੰਦਾ ਜੋ ਕਿ 1908 ਦੇ ਵਿੱਚ ਦੇਖਣ ਮਿਲੀ ਹੈ ਇਹ ਤੋਂ ਬਾਅਦ ਫਿਰ ਜਵਾਕ ਸੀਗੇ ਜਿਹੜੇ ਉਹ ਵੀ ਡਰ ਗਏ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਸਾਡੇ ਉੱਪਰ ਕਾਰਵਾਈ ਹੋਣੀ ਹੈ ਜਿਹੜਾ ਪ੍ਰਫੁੱਲਾ ਚੱਕੀ ਸੀ ਉਹਦਾ ਸੁਸਾਈਡ ਕਮਿਟ ਕਰ ਗਿਆ ਬਟ ਜਿਹੜਾ ਖੁਦੀ ਰਾਮ ਬੋਸ ਸੀਗਾ ਇਹਨੂੰ ਅਰੈਸਟ ਕਰ ਦਿੱਤਾ ਗਿਆ ਤੇ ਇਹਨੂੰ ਬਾਅਦ ਦੇ ਵਿੱਚ ਫਾਂਸੀ ਵੀ ਦਿੱਤੀ ਗਈ ਸੀ ਸਿਰਫ 18 ਸਾਲਾਂ ਦਾ ਸੀ ਇੱਥੋਂ ਕੁਐਸਚਨ ਬਣ ਸਕਦਾ ਹੈ ਸਭ ਤੋਂ ਯੰਗੈਸਟ ਤੁਸੀਂ ਕਹਿ ਲਓ ਫਰੀਡਮ ਫਾਈਟਰ ਭਾਰਤ ਦਾ ਕੌਣ ਰਹੇਗਾ ਭਗਤ ਸਿੰਘ ਨਹੀਂ ਭਗਤ ਸਿੰਘ ਤੋਂ ਪਹਿਲਾਂ ਵੀ ਇੱਕ ਬੱਚਾ ਸੀਗਾ ਫਰੀਡਮ ਫਾਈਟਰ ਸੀਗਾ 18 ਸਾਲ ਦੀ ਉਮਰ ਸੀ ਦੇਸ਼ ਦੀ ਆਜ਼ਾਦੀ ਦੇ ਦਬਾਉਣ ਦੇ ਲਈ ਉਹ ਲੜਿਆ ਉਹਦਾ ਨਾਮ ਸੀਗਾ ਖੁਦੀ ਰਾਮ ਬੋਸ ਇਹਨੂੰ ਵੀ ਫਾਂਸੀ ਦਿੱਤੀ ਗਈ ਸੀ ਅਰਬਿੰਦੋ ਘੋਸ਼ ਸੀਗਾ ਜਿਹੜਾ ਐਕਸਟ੍ਰੀਮਿਸਟ ਲੀਡਰ ਸੀਗਾ ਉਹਨੂੰ 1908 ਦੇ ਵਿੱਚ ਅਰੈਸਟ ਕੀਤਾ ਗਿਆ ਇਹ ਇਲਜ਼ਾਮ ਲੱਗੇ ਵੀ ਇਹ ਕੌਨਸਪੀਰੇਸੀ ਦੇ ਵਿੱਚ ਦੇ ਪਿੱਛੇ ਅਰਬਿੰਦੋ ਘੋਸ਼ ਤੇ ਉਹਦਾ ਭਾਈ ਸੀਗਾ ਜਿਹੜਾ ਵਰਿੰਦਰ ਕੁਮਾਰ ਘੋਸ਼ ਦੋਵਾਂ ਦਾ ਹੱਥ ਹੈ ਬਟ ਇਹਨਾਂ ਦੇ ਖਿਲਾਫ਼ ਕੋਈ ਸਬੂਤ ਨਹੀਂ ਮਿਲਿਆ ਤੇ ਇਹਨਾਂ ਨੂੰ ਡਿਫੈਂਡ ਕੀਤਾ ਗਿਆ ਸੀਗਾ ਚਿਤਰੰਗਣ ਦਾਸ ਜਿਹਨੂੰ ਆਪਾਂ ਸੀਆ ਦਾਸ ਦੇ ਨਾਮ ਨਾਲ ਜਾਣਦੇ ਹਾਂ ਇਹਨਾਂ ਨੂੰ ਦੇਸ਼ ਬੰਧੂ ਵੀ ਕਿਹਾ ਜਾਂਦਾ ਇਹ ਵੀ ਵਕੀਲ ਸੀਗੇ ਇਹਨਾਂ ਵਾਰੀ ਵੀ ਆਪਾਂ ਆਉਣ ਵਾਲੇ ਲੈਕਚਰ ਵਿੱਚ ਜ਼ਿਕਰ ਕਰਾਂਗੇ ਫਿਰ ਇਨ ਦਾ ਸੇਮ ਟਾਈਮ ਲਾਲਾ ਲਾਜਪਤ ਰਾਏ ਸੀਗੇ ਜਿਹੜੇ ਉਹਨਾਂ ਦੇ ਉੱਪਰ ਵੀ ਇਲਜ਼ਾਮ ਲੱਗੇ ਉਹਨਾਂ ਨੂੰ ਮਾਂਡਲੇ ਜੇਲ੍ਹ ਬਰਮਾ ਵਿਖੇ ਮਿਆਂਮਾਰ ਚ ਉੱਥੇ ਭੇਜ ਦਿੱਤਾ ਗਿਆ ਤੇ ਬੇਸਿਕਲੀ ਤਿਲਕ ਸੀਗੇ ਉਹਨਾਂ ਨੂੰ 6 ਸਾਲਾਂ ਦੇ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਫਿਰ ਐਕਸਟ੍ਰੀਮਿਜ਼ਮ ਤੁਸੀਂ ਕਹਿੰਦੇ ਸਪਰੈਸ ਹੋ ਗਿਆ ਸੀ ਫਿਰ ਆ ਗਈ ਨਾਸਿਕ ਕੌਨਸਪੀਰੇਸੀ ਇਹ ਨਾਸਿਕ ਕੌਨਸਪੀਰੇਸੀ ਕੀ ਕਹਿੰਦੀ ਹੈ 1909 ਦੇ ਵਿੱਚ ਇਹ ਦੇਖਣ ਨੂੰ ਮਿਲੀ ਨਾਸਿਕ ਮੁੰਬਈ ਸੌਰੀ ਮਹਾਰਾਸ਼ਟਰ ਦਾ ਇਹ ਇੱਕ ਜ਼ਿਲ੍ਹਾ ਹੈਗਾ ਇੱਕ ਮੈਜਿਸਟਰੇਟ ਸੀ ਜੱਜ ਸੀਗਾ ਉਹਦਾ ਨਾਮ ਸੀਗਾ ਏ ਐਮ ਟੀ ਜੈਕਸਨ ਇਹ ਫਿਲਮ ਦੇਖ ਰਿਹਾ ਹੋਣਾ ਸਿਨੇਮੇ 'ਚ ਬੈਠਾ ਥੀਏਟਰ ਇੰਜੋਏ ਕਰ ਰਿਹਾ ਸੀਗਾ ਉੱਥੇ ਡਰਾਮਾ ਚੱਲ ਰਿਹਾ ਸੀਗਾ ਇਹਦੇ ਉੱਪਰ ਫਾਇਰ ਕੱਢਣ ਦਾ ਫੈਸਲਾ ਲਿਆ ਇਹਨੂੰ ਠੀਕ ਹੈ ਮਾਰਨ ਦਾ ਫੈਸਲਾ ਲਿਆ ਇੱਕ ਬੰਦੇ ਦੁਆਰਾ ਉਹਦਾ ਨਾਮ ਸੀਗਾ ਅਨੰਤ ਲਕਸ਼ਮਣ ਕਰਕਰੇ ਆ ਜਿਹਦੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਕਰਕਰੇ ਸਾਹਿਬ ਨੇ ਇਹਨਾਂ ਨੇ ਆਏ ਜੀ ਥੀਏਟਰ ਦੇ ਵਿੱਚ ਆਏ ਇਹਨਾਂ ਨੇ ਫਾਇਰ ਕੱਢਿਆ ਆਪਣਾ ਕੀ ਨਾਮ ਸੀਗਾ ਜੈਕਸਨ ਦੇ ਉੱਪਰ ਤੇ ਉਹਨੂੰ ਇਹਨਾਂ ਨੇ ਮਾਰ ਦਿੱਤਾ ਗਿਆ ਸੀ ਤੇ ਇਹਨੂੰ ਹੀ ਨਾਸੀ ਕੌਨਸਪੀਰੇਸੀ ਕਿਹਾ ਜਾਂਦਾ ਇਸ ਤੋਂ ਬਾਅਦ ਅਭਿਨਵ ਭਾਰਤ ਸੁਸਾਇਟੀ ਜਿਹੜੀ ਕਿ ਤੁਹਾਨੂੰ ਮੈਂ ਪੜ੍ਹਾਇਆ ਸੀ 1904 ਦੇ ਵਿੱਚ ਬਣਾਈ ਗਈ ਸੀ ਠੀਕ ਹੈ ਦੱਸੋ ਕਿਹਦੇ ਦੁਆਰਾ ਬਣਾਈ ਗਈ ਸੀ ਅਭਿਨਵ ਭਾਰਤ ਸੁਸਾਇਟੀ ਕਮੈਂਟ ਬਾਕਸ ਦੇ ਵਿੱਚ ਅਨਸਰ ਦਿਓ ਤੇ ਮੁੰਬਈ ਦੇ ਏਰੀਏ ਮਤਲਬ ਜਿਹੜਾ ਮਹਾਰਾਸ਼ਟਰ ਸੀਗਾ ਉਸ ਏਰੀਏ ਦੇ ਵੱਲ ਇਹ ਘਿਰਾਓ ਕਰਦੇ ਸੀ ਠੀਕ ਹੈ ਤੇ ਬੇਸਿਕਲੀ ਇਸ ਸੁਸਾਇਟੀ ਦੇ
जो कि वीडी सावरकर के भाई से इन्होंने भी काला पानी भेज दिता गया इस कॉन्स्पिरेसी के उन्हों का नाम आता है। फिर 1910 के घटना देखने मिली उन्होंने कहा गया था हावड़ा गैंग केस होया कि अणु शरण समिति जो कि 1902 च बनाई गई थी बंगाल विखे, ठीक है, प्रथम नाथ मित्रा होरियां द्वारा, जे तुहानूं याद होवे, ठीक है, रेवोल्यूशनरी ऑर्गनाइजेशन से एक ग्रुप थी, उहदे 27 रेवोल्यूशनरी सीगे, 27 मैंबर सीगे, उहनां नूं अरैसट किया गया, ठीक है, काहदे पिछे, उहनां ने इंस्पैक्टर सीगे इक शमशूल आलम, इहदा खून किया गया सी, इहदे पिछे कॉन्सपिरेसी रची सी। होया कि इह जिहड़ा इंस्पैक्टर सी शमशूल आलम, इहनूं मारिया गया, इसे नूं हावड़ा गैंग केस कहा जांदा है। काहतों मारिया गया, इह जिहड़ा इंस्पैक्टर सी, यह अणु शरण समिति जिहड़ी कि एसोसीएशन सी, इहदे जिहड़े भी रेवोल्यूशनरी एक्टिविटीज़ नूं इह अंजाम दिंदे सी, जिवें किसे दा मर्डर करता, लुट्ट खो कीती, रोबरी कीती, ठीक है, उहदे उप्पर इह बंदा इन्वेस्टिगेशन करता सी ते इह लिंक जोड़न दी कोशिश करता सी। बाद च इहनां नूं पता लग गया वी इह बंदा साडे मैडल पवा सकदा हैगा, तां इहनूं मार दित्ता गया। ते मैडल किहदे उप्पर पै गया, इल्जाम किहदे उप्पर आ गया, इल्जाम आ गया जी जतेंद्र नाथ मुखर्जी उप्पर, जिहनूं बाघा जतिन दे नाम नाल वी जाणिआ जांदा, इह उहदी फोटो हैगी। सो इसे भी हावड़ा गैंग केस के नाम जाना जाता जो कि 1910 च होया। फिर आप एक होर चीज घटना बारे पढ़ते हैं जो कि लॉर्ड मिंटो साहब के वेले देखने को मिली, वह सी पंजाब अंडरैसट 1907 देखने को मिले। की चीज़ सी 1906 ना अंग्रेजा ने एक बिल पास किया, नाम से कोलोनाइजेशन बिल। यह बिल की कहता सी, यह बिल यह कहता सी जे कोई बंदा उसकी डैथ हो जाती है तो उस बाद कोई मुंडा नहीं है तो उसकी जिहड़ी भी प्रॉपर्टी है, चाहे वह घर है, चाहे वो जमीन है, वह ऑटोमैटिकली सरकार की होजूगी, तो सरकार वो प्रॉपर्टी अगे किसी भी पब्लिक सरकारी या प्राइवेट फर्म वो दे सकती है ताकि उस जगह के उपर डिवेलपमेंट की जा सके। यह कोलोनाइजेशन बिल, यह तो पंजाब के किसी भी हक च नहीं, किसी भी पक्षों हक च नहीं, सो यह रज के विरोध किया गया। लाला लाजपत राय के इन्होंने साथी सके अजीत सिंह, भगत सिंह के चाचा जी से, इन्होंने इस एजुटेशन बढ़ावा दिता, यह लीडर सके इस पंजाब अंडरैसट के, तो यह एजुटेशन शुरू हुई चनाब कलोनी, अज के समय पाकिस्तान से यह जगह, इतों फिर लायलपुर तक गई, फिर इतों अगे जाके सारे ऑलमोस्ट पंजाब प्रोविंस के एजुटेशन फैली। इस एजुटेशन का नतीजा सीक्रट सुसायटियां पंजाब के बनिया, जिमें कि अंजुमन ए मूवमेंट ए वतन, याद रखो इंपॉर्टेंट है। सो फाइनली इस एजुटेशन एंड किया गया, लाला लाजपत राय साहब को अरैसट किया गया, तो अजीत सिंह को भी अरैसट किया गया, उन्होंने रंगून विखे भेज दिता गया। फिर एक होर ऑर्गनाइजेशन की स्थापना हुई लॉर्ड मिंटो साहब के वेले ही, जो भारत ने वाइस रहे थे, उसका नाम से इंडिया हाउस, ठीक है, 1909 बनाया गया। इतों क्वेश्चन पूछा गया एक दो बार, इंपॉर्टेंट है, इन्हू बनाया गया जी श्याम जी कृष्ण वर्मा द्वारा, जिसकी फोटो तुम देख रहे हो, ताकि जो नैशनलिस्टिक व्यू है भारतीयों के इंग्लैंड के जो रेंदे ने उन्होंने उस चीज़ को प्रमोट किया जाए। इन्हों का एक खुद का अखबार भी सी, इंडियन सोशियोलॉजिस्ट नाम ने जाना जाता है। कई रेवोल्यूशनरी इस इंडिया हाउस के एसोसीएटेड थे, जिमें कि वीडी सावरकर साहब, मदन लाल ढींगरा, लाला हरदयाल, गदर पार्टी बारे आप पढ़ांगे, उहदे इह लीडर सीगे पी एम बापट साहब, यह सारे रेवोल्यूशनरीज इस इंडिया हाउस के एसोसीएटेड से। इन्होंने भी कई घटनावां नूं अंजाम दिता सी, जिमें कि जिहड़े इन्हां चों मदन लाल ढींगरा सी, उन्होंने सैकटरी ऑफ स्टेट सीगा जिहड़ा उस वेले उहदे ऑफिस दा बंदा सी, उहदा नाम सीगा करजन बिल, ये फैर कटा सीगा, ये मदन लाल ढींगरा जी सीगे। बाद विच इन्हां ने सुसाइड कमिट करने भी कोशिश की सी, बट इन्हां नूं फड़ लिया गया सी, इन्हां नूं फांसी दी सज़ा दी गई सी। मदन लाल ढींगरा दा ये जो सैक्रीफाइस सी, ये बलिदान सी, इन्हें कदे भारतीयों नूं ही नहीं प्रेरित किया सीगा, आयरिश जिहड़े कि आयरलैंड दे लोग सीगे उन्हां नूं भी प्रेरित किया सी, क्यों, क्योंकि अंग्रेजों तों उह भी ऑटोनोमी चाहुंदे सी। हुण जे मैं तुहाडे तों पुछां वी इह दस्सो भारत दे उप्पर राज किहने किया सी, की भारत के उपर ब्रिटेन ने राज किया सी या यूनाइटेड किंगडम ने राज किया सी, बड़ा वधिया सवाल है, सोचने वाली गल है। वो भाई भारत के उपर ब्रिटेन वाले ने राज किया सी, इंग्लैंड वाले ने राज किया सी, क्यों, वो क्योंकि जो यूके है यूनाइटेड किंगडम, उहदे विच इंग्लैंड, स्कॉटलैंड, वेल्स ते जिहड़ा नॉर्दर्न आइलैंड हैगा वह भी आउंदा हैगा। सो जिहड़े ये आयरिश सीगे, आयरलैंड लोग सी, ये तो आप अंग्रेजों तों आजादी भालदे सीगे, तां करके आयरलैंड अड्ड है, नॉर्दर्न आइलैंड अज भी अंग्रेजों का हिस्सा है। सो ਇੱਥੋਂ ਆਇਰਿਸ਼ ਰੈਵੋਲਿਊਸ਼ਨਰੀ ਸੀਗੇ ਜਿਹੜੇ, ਉਹਨਾਂ ਨੇ ਵੀ ਅੱਗੇ ਇਸ ਚੀਜ਼ ਨੂੰ ਅੱਗੇ ਲੈ ਕੇ ਗਏ ਮਦਨ ਲਾਲ ਢੀਂਗਰਾ ਦੇ ਸੈਕਰੀਫਾਈਸ ਤੋਂ ਬਾਅਦ। ਫਿਰ ਲਾਸਟ ਦੇ ਵਿੱਚ ਗੌਰਮੈਂਟ ਆਫ ਇੰਡੀਆ ਐਕਟ 1909 ਬੜਾ ਮਸ਼ਹੂਰ ਐਕਟ ਸੀਗਾ, ਜਿਹਨੂੰ ਮਿੰਟੋ ਮੋਰਲ ਰਿਫੋਰਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਇਹ ਪਾਸ ਹੋਇਆ ਸੀਗਾ ਲਾਰਡ ਮਿੰਟੋ ਸਾਹਿਬ ਦੇ ਵੇਲੇ, ਇਹ ਮੈਂ ਤੁਹਾਨੂੰ ਪੜ੍ਹਾਉਣਾ ਨਹੀਂ ਕਿਉਂਕਿ ਆਲਰੇਡੀ ਇਹ ਮੈਂ ਤੁਹਾਨੂੰ ਪੜ੍ਹਾ ਚੁੱਕਿਆ। ਸੋ ਇਹ ਸੀ ਆਪਣਾ ਅੱਜ ਦਾ ਲੈਕਚਰ, ਕਾਫੀ ਕੁਝ ਕਰ ਚੁੱਕੇ ਆਪਾਂ ਡਿਸਕਸ, ਕੱਲ ਨੂੰ ਆਪਾਂ 1910 ਤੋਂ ਲੈ ਕੇ 1915-16 ਦਾ ਸਮਾਂ ਸੀ ਹੋਊਗਾ ਜਿਹੜਾ, ਉਹਨੂੰ ਡਿਸਕਸ ਕਰ ਲਾਂਗੇ। ਸੋ ਸਿਮੀਲਰਲੀ ਬਸ 5-7 ਲੈਕਚਰ ਦੇ ਵਿੱਚ ਆਪਣੀ ਮਾਡਰਨ ਹਿਸਟਰੀ ਆਪਾਂ ਕੰਪਲੀਟ ਕਰ ਦਾਂਗੇ। ਧੰਨਵਾਦ।